ਸਰਪੰਚ ਸਾਹਿਬ ਤੇ ਬਾਕੀ ਪੰਚਾਇਤ ਦੇ ਵੀ ਸਰਪੰਚ ਆਏ ਨੇ ਸਾਡੇ ਕੰਨੇ ਸਾਡੇ ਸਾਥੀ ਭੈਣਾਂ ਤੇ ਬੱਚੇ। ਗੱਲ ਇਹ ਹੈ ਕਿ ਇਸ ਵੇਲੇ ਕੋਈ ਜਲਸੇ ਵਾਲਾ ਮਾਹੌਲ ਨਹੀਂ ਹੈ, ਜਿਵੇਂ ਤੁਸੀਂ ਇਹਨੇ ਵੀ ਕਲਾਇਆ, ਠੱਗ ਸਾਹਿਬ ਨੇ ਵੀ ਕਲਾਇਆ ਵੀ ਇਹ ਇਸ ਵੇਲੇ ਚੁਣਾਵ ਦਾ ਮੌਸਮ ਹੈ ਤੇ ਕੋਈ ਵੱਡੀ ਗੱਲ ਕਰਨ ਦਾ ਮੌਕਾ ਨਹੀਂ। ਲੇਕਿਨ ਜਿਹੜਾ ਪੰਜੇ ਵਰ੍ਹੇ 'ਚ ਵਿਕਾਸ ਹੋਇਆ ਨਾ, ਠੀਕ ਆਖਿਆ ਕਿ ਪੈਂਦੇ ਵਰ੍ਹੇ 'ਚ ਸਹੀ ਹੋਇਆ। ਕਾਂਗਰਸ ਵਾਲੇ ਦੂਜੇ ਆਸ ਦਿਨ ਅਸੀਂ ਲੱਭਦਾ ਨਹੀਂ। ਮੈਂ ਆਖਿਆ ਨਹੀਂ ਕਿ ਮੈਂ ਡਾਕਟਰ ਸ਼ੂਗਰ ਦਾ, ਜੇ ਮੈਂ ਹੁੰਦਾ ਅੱਖਾਂ ਦਾ ਤਾਂ ਮੈਂ ਖਾਈ ਪੈਂਦਰਾਂ ਵੀ ਫੇਰਾ ਲਾਈ ਗਏ ਪਰਿਵਾਰ ਦੇ ਲੋਕਾਂ ਕੀ ਬੀਜੇਪੀ ਕੀ ਵੋਟ ਪਾਉਣਾ ਚਾਹੀਦਾ, ਕੀ ਹੈ ਤੁਸੀਂ ਸੁਝਾਅ ਦਿੱਤੀ ਹੈ ਤੁਹਾਡੀ ਮਜ਼ਬੂਰੀ ਹੈ, ਤੁਸੀਂ ਕੈਂਡੀਡੇਟ ਬਣਦੇ ਹੋ, ਕੋਈ ਕਾਂਗਰਸ ਦਾ ਕੋਈ ਪੈਸਰ ਦਾ ਕੋਈ ਦੂਜਾ ਤਰੀਕਾ। ਲੇਕਿਨ ਤੁਹਾਡੇ ਪਰਿਵਾਰ ਵਾਲੇ ਜ਼ਰੂਰ ਵੀ ਯਕੀਨ ਹੈ ਇਸ ਵਾਰੀ ਕਮਲ ਦੇ ਬਟਨ ਉੱਪਰ ਗਿਆ ਵੋਟ ਪਾਉਣ, ਮੋਦੀ ਜੀ ਕੀ ਵੋਟ ਪਾਉਣ। ਸਾਡੀ ਖੁਸ਼ੀ ਖੇਸ ਹੁੰਦੀ ਰਹੀ, ਸਾਡੇ ਕੋਲ ਇੱਥੇ ਬੜੀ ਅੱਛੀ ਟੀਮ ਸੀ, ਜੀਵਨ ਲਾਲ ਜਿੱਤਣ ਇਹਨੇ ਦੇਖੀ ਅਸੀਂ ਸ਼ਰਮਾਉਂਦੀ ਜਾਗਤਾਂ ਕੋਲਾਂ ਵੀ ਟੋਲਾ ਪਹਾੜੀ ਚੜੀ ਹੁੰਦੇ ਅਸੀਂ ਤੇ ਇਸ ਵਾਸਤੇ ਇਸ ਟੀਮ ਦੀ ਵਜ੍ਹਾ ਕਰਕੇ ਇੱਕ ਮਜ਼ਬੂਤ ਕੜੀ ਬਣੀ। ਇਹ ਹਰ ਤ੍ਰੀਏ ਦਿਨ ਕੋਈ ਨਾ ਕੋਈ ਗੱਲ ਅੱਗੇ ਰੱਖਦੇ ਹੈ, ਫਿਰ ਕਦੇ ਮੈਨੂੰ ਟੈਲੀਫੋਨ ਕਰਨਾ, ਕਦਾ ਕੋਈ ਕਾਗਜ਼ ਦੇਣਾ ਵੀ ਮੈਂ ਜਾਈਏ ਦਿੱਲੀ ਉਹਦਾ ਕਰਾਉਣਾ, ਅਤੇ ਇੱਕ ਇੱਕ ਕਰੀ ਅਸੀਂ ਸਾਰੀਆਂ ਸਰਕਾਰ ਇੱਥੇ ਲਿਆਉਂਦੀਆਂ। ਪਿਛਲੀ ਵਾਰੀ ਜਦੋਂ ਮੈਂ ਆਇਆ ਤਾਂ ਮੈਨੂੰ ਗੋਸਵਾਮੀ ਜੀ ਅੱਖਾਂ ਦੇ ਹੈ ਕਿ ਰਿਹਾ ਗਿਆ ਨਹੀਂ ਮੰਗਣਾ ਜੀ, ਵੈਸੇ ਇਹ ਨਹੀਂ ਗਲਾਇਓ ਜੇ ਆਖਿਆ ਤਾਂ ਵੀ ਅਸੀਂ ਲੀਡਰੀ ਕਿਸ ਗੱਲ ਦੀ ਕਰਨੀ ਵੀ ਕਿਸੇ ਨਾ ਕਿਸੇ ਮੁਤਾਲਬਾ ਰਹਿਣਾ ਚਾਹੀਦਾ। ਇਹ ਜਿਹੜਾ ਬੰਨੀ ਦਾ ਟਰਨਲ ਬਣਿਆ ਆਪਣਾ ਛੱਤਰ ਕਹਿਲਾ ਦਾ, ਇਹ ਕਿੰਨੀ ਮੁਸ਼ਕਲ ਕਰਨੀ ਕੀ ਕਿ ਘੜੀ ਦੀ ਜੀਵਨ ਲਾਲ ਹੋ ਰਹੀ ਹੈ, ਬੜੀ ਮੁਤਾਲਬਾ ਹੋ ਗਈ ਕਿਸੇ ਨਾ ਕਿਸੇ 'ਤੇ ਬਣਨਾ ਚਾਹੀਦਾ। ਅੱਜ ਉਹਦਾ ਸਰਵੇ ਚਲਾ ਹੁੰਦਾ, ਬੀ ਆਰ ਓ ਕਰਾਰਦਾ, ਬੀ ਆਰ ਓ ਨੇ ਬੜਾ ਉਤਸਵ ਕੇ 3500 ਕੇ 4000 ਕਰੋੜ ਦਾ ਬਣਨਾ, ਬੜਾ ਵੱਡਾ ਟਰਨਲ ਬਣਨਾ। ਬੀ ਆਰ ਓ ਦੀ ਇੱਕ ਏਜੰਸੀ ਹੁੰਦੀ ਹੈ ਬੀਕਨਸ, ਉਹ ਬੀਕਨਸ ਦਾ ਸਰਵੇ ਕਰਾ ਦੇ ਜਿਹੜਾ ਰਸਤਾ ਬਸੋਲੀ ਬੰਨੀ ਹੁੰਦਾ ਜੀ ਡੋਡਾ, ਅਤੇ ਡੋਡਾ ਤਾਂ ਤੁਸੀਂ ਲਖਨਪੁਰ ਪਠਾਨਕੋਟ 4 ਘੰਟੇ 'ਚ ਪੁੱਜ ਜਾਣਾ, ਅਤੇ ਕੰਨੇ 12 ਘੰਟੇ 12 ਮਹੀਨੇ ਤੱਕ ਪੁੱਜੀ ਤਾਂ ਉੱਥੇ ਭਰ ਪਈ ਜਾਂਦੀ 3-4 ਮਹੀਨੇ। ਟਨਲ ਬਣਨੀ ਜਿਸ ਸੜਕ ਬਣਨੀ